ਮਾਰੇ ਪਾਵੇ ਉਹਨੂੰ ਸਜ਼ਾ ਦਿਓ ਉਹਨੂੰ ਮੌਤ ਵੀ ਸਜ਼ਾ ਦਿਓ ਉਹਨੂੰ ਜੇ ਤੁਸੀਂ ਨਹੀਂ ਦੇ ਸਕਦੇ ਸਾਡੇ ਹਵਾਲੇ ਕਰੋ ਅਸੀਂ ਇਹਨੂੰ ਦਿਆਂਗੇ ਸਾਡੀ ਇਹੀ ਮੰਗ ਹੈ ਤੁਹਾਡੇ ਕੀ ਲੱਗਦੇ ਸੀ ਮੇਰੇ ਹਸਬੰਡ ਹੈ ਮੈਂ ਉਹਨੂੰ ਆਪਣੇ ਹੱਥੀ ਸਜ਼ਾ ਦੇਵਾਂਗੀ ਜਿੰਨੇ ਇਸ ਫੁੱਲ ਨਾਲ ਜ਼ੁਲਮ ਕੀਤਾ ਹੈ ਜੇ ਉਹਨੇ ਮਾਰਿਆ ਕੋਈ ਪਤਾ ਲੱਗੇ ਕੋਈ ਵਜ੍ਹਾ ਸਾਡੇ ਨਾਲ ਇਦਾਂ ਦੀ ਕੋਈ ਵਜ੍ਹਾ ਹੈ ਨਹੀਂ ਸੀ ਪਤਾ ਨਹੀਂ ਕੋਈ ਕਲੇਸ਼ ਨਹੀਂ ਸੀ ਕੋਈ ਕੁਛ ਨਹੀਂ ਸੀ ਕਰੋ ਚੰਗੇ ਭਲੇ ਗਏ ਆ ਕੋਈ ਇਦਾਂ ਦੀ ਗੱਲ ਨਹੀਂ ਸੀ ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਕੀ ਆਇਆ ਕੀ ਨਹੀਂ ਆਇਆ ਇਹ ਰੱਬ ਜਾਣੇ ਤਾਂ ਉਹ ਜਾਣਨ ਬਸ ਤੁਹਾਡੇ ਹਸਬੰਡ ਨਾਲ ਗੱਲਬਾਤ ਹੋਈ ਹੈ ਕਿ ਆਖਿਰ ਜਿਸ ਤਰੀਕੇ ਨਾਲ ਨਾਮ ਆ ਰਿਹਾ ਹੈ ਕੋਈ ਗੱਲਬਾਤ ਉਹਨਾਂ ਨੇ ਮਾਰਨ ਦਾ ਹਲੇ ਮੈਨੂੰ ਕੁਝ ਨਹੀਂ ਦੱਸਿਆ ਸੀ ਸਾਨੂੰ ਤਾਂ ਇੰਨਾ ਕਹਿੰਦੇ ਸੀ ਬਾਈਪਾਸ ਤੋਂ ਮੇਰੇ ਕੋ ਬੱਚਾ ਗੁੰਮ ਹੋ ਗਿਆ ਮੇਰੇ ਕੋ ਬਾਈਪਾਸ ਤੋਂ ਬੱਚਾ ਗੁੰਮ ਹੋ ਗਿਆ ਬਸ ਪਰ ਪੁਲਿਸ ਜਿਸ ਤਰੀਕੇ ਨਾਲ ਕਹਿੰਦੀ ਉਹ ਕਹਿੰਦੇ ਕਿ ਪਹਿਲਾਂ ਆ ਕੇ ਦੱਸਿਆ ਨਹੀਂ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਘਰੋਂ ਜਿਹੜਾ ਲੈ ਕੇ ਜਿਨ੍ਹਾਂ ਦੇ ਮਦਦ ਨਾਲ ਮਗਰ ਜਦੋਂ ਜਿੱਦਾਂ ਵੀ ਗਿਆ ਜਿੱਦਾਂ ਵੀ ਇਹਨਾਂ ਨੇ ਨਾਲ ਲਿਆ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਸੀ ਬੱਚਾ ਮੇਰੇ ਨਾਲ ਹੈ ਅਸੀਂ ਇਹਨਾਂ ਨੂੰ ਫੋਨ ਕਰ ਕਰਕੇ ਕਹਿ ਰਹੇ ਸੀ ਵੀ ਸੈਜੂ ਗੁਆਚ ਗਿਆ ਅਸੀਂ ਲੱਭ ਰਹੇ ਹਾਂ ਪੁਲਿਸ ਸਾਡੇ ਨਾਲ ਹੈ ਇਹਨਾਂ ਨੇ ਤਾਂ ਵੀ ਸਾਨੂੰ ਨਹੀਂ ਦੱਸਿਆ ਵੀ ਬੱਚਾ ਮੇਰੇ ਨਾਲ ਹੈ ਸਿਰਫ 6 ਵਜੇ ਤੱਕ 6:30 ਵਜੇ ਤੱਕ ਬੱਚਾ ਇਹਨਾਂ ਦੇ ਨਾਲ ਸੀ ਉਸ ਤੋਂ ਬਾਅਦ ਤੁਹਾਨੂੰ ਚੱਕ ਹੋਇਆ ਸਾਨੂੰ ਤਾਂ ਵੀ ਨਹੀਂ ਸ਼ੱਕ ਹੋਇਆ ਘਰੇ ਵੀ ਆ ਗਏ ਸੀ ਉਸ ਤੋਂ ਬਾਅਦ ਆਰਾਮ ਨਾਲ ਸਾਡੇ ਨਾਲ ਲੱਭਣ ਵੀ ਲੱਗ ਗਏ ਫਿਰ ਉਸ ਤੋਂ ਬਾਅਦ ਗੈਪ ਹੋ ਗਏ ਜਿਹੜਾ ਬੱਚਾ ਦੀ ਦਾਤ ਹੋਈ ਉਹਦੀ ਭੈਣ ਹੈ ਛੋਟੀ ਹਾਂ ਅਸੀਂ ਦੋਵੇਂ ਭੈਣਾਂ ਇੱਕੋ ਗੱਲ ਚ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿਉਂਕਿ ਪੁਲਿਸ ਨੇ ਜਿਹੜਾ ਬੱਚੇ ਨੇ ਡੈਡ ਬੋਡੀ ਬਰਾਮਦ ਕਰ ਲਿਆ